ਮੈਂ ਸਰਵਣ ਸਿੰਘ ਪਨੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ। ਅੱਜ ਇੱਕ ਹੋਰ ਕਿਸਾਨ ਦੀ ਸ਼ਹੀਦੀ ਹੋਈ ਆ। ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਆ ਖੰਨੇ ਨੇੜੇ ਹੀ ਐਕਸੀਡੈਂਟ ਹੋਇਆ ਹੈਗਾ। ਕਿਸਾਨ ਸਾਡਾ ਹੈਗਾ ਜੀ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ। ਇਹ ਵਾਸੀ ਆਦੋ ਵਾਲੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਸੀਗਾ। ਦੂਸਰਾ ਕਿਸਾਨ ਜ਼ਖਮੀ ਆ। ਇਹਨਾਂ ਦੀ ਡੈੱਡ ਬੋਡੀ ਇਸ ਵੇਲੇ ਖੰਨਾ ਹੋਸਪਿਟਲ 'ਚ ਹੈਗੀ ਆ ਅਤੇ ਉੱਥੇ ਦੂਜਾ ਕਿਸਾਨ ਜ਼ਖਮੀ ਆ, ਮੋਟਰਸਾਈਕਲ 'ਤੇ ਜਾ ਰਹੇ। ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਜਾਣਕਾਰੀ। ਸੋ ਇਹ ਦੁੱਖਤ ਹੈ, ਉਸ ਪਰਿਵਾਰ ਨਾਲ ਸਾਡੀ ਸੰਵੇਦਨਾ ਵਾ। ਅਤੇ ਇਹ ਮੋਰਚੇ ਵਿੱਚ ਲਗਾਤਾਰ ਸ਼ਹੀਦੀਆਂ ਹੋ ਰਹੀਆਂ, ਤੋ ਸਾਡਾ ਇੱਥੋਂ ਪ੍ਰਸ਼ਾਸਨ ਨੂੰ ਆ ਵੀ ਪ੍ਰਸ਼ਾਸਨ ਉੱਥੇ ਪੋਸਟਮਾਰਟਮ ਕਰਵਾ ਕੇ ਜਿਹੜੀ ਆ ਉਹਨਾਂ ਦੇ ਵਾਰਸਾਂ ਦੇ ਜਿਹੜੇ ਐਂਬੂਲੈਂਸ ਕਰਕੇ ਜਿਹੜੀ ਡੈੱਡ ਬੋਡੀ ਆ ਪਿੰਡ ਪਹੁੰਚਾਵੇ। ਧੰਨਵਾਦ। ਮੈਂ ਸਰਵਣ ਸਿੰਘ ਪਨੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ। ਅੱਜ ਇੱਕ ਹੋਰ ਕਿਸਾਨ ਦੀ ਸ਼ਹੀਦੀ ਹੋਈ ਆ। ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਆ ਖੰਨੇ ਨੇੜੇ ਹੀ ਐਕਸੀਡੈਂਟ ਹੋਇਆ ਹੈਗਾ। ਕਿਸਾਨ ਸਾਡਾ ਹੈਗਾ ਜੀ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ। ਇਹ ਵਾਸੀ ਆਦੋ ਵਾਲੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਸੀਗਾ। ਦੂਸਰਾ ਕਿਸਾਨ ਜ਼ਖਮੀ ਆ। ਇਹਨਾਂ ਦੀ ਡੈੱਡ ਬੋਡੀ ਇਸ ਵੇਲੇ ਖੰਨਾ ਹੋਸਪਿਟਲ 'ਚ ਹੈਗੀ ਆ ਅਤੇ ਉੱਥੇ ਦੂਜਾ ਕਿਸਾਨ ਜ਼ਖਮੀ ਆ, ਮੋਟਰਸਾਈਕਲ 'ਤੇ ਜਾ ਰਹੇ। ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਜਾਣਕਾਰੀ। ਸੋ ਇਹ ਦੁੱਖਤ ਹੈ, ਉਸ ਪਰਿਵਾਰ ਨਾਲ ਸਾਡੀ ਸੰਵੇਦਨਾ ਵਾ। ਅਤੇ ਇਹ ਮੋਰਚੇ ਵਿੱਚ ਲਗਾਤਾਰ ਸ਼ਹੀਦੀਆਂ ਹੋ ਰਹੀਆਂ, ਤੋ ਸਾਡਾ ਇੱਥੋਂ ਪ੍ਰਸ਼ਾਸਨ ਨੂੰ ਆ ਵੀ ਪ੍ਰਸ਼ਾਸਨ ਉੱਥੇ ਪੋਸਟਮਾਰਟਮ ਕਰਵਾ ਕੇ ਜਿਹੜੀ ਆ ਉਹਨਾਂ ਦੇ ਵਾਰਸਾਂ ਦੇ ਜਿਹੜੇ ਐਂਬੂਲੈਂਸ ਕਰਕੇ ਜਿਹੜੀ ਡੈੱਡ ਬੋਡੀ ਆ ਪਿੰਡ ਪਹੁੰਚਾਵੇ। ਧੰਨਵਾਦ। ਮੈਂ ਸਰਵਣ ਸਿੰਘ ਪਨੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ। ਅੱਜ ਇੱਕ ਹੋਰ ਕਿਸਾਨ ਦੀ ਸ਼ਹੀਦੀ ਹੋਈ ਆ। ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਆ ਖੰਨੇ ਨੇੜੇ ਹੀ ਐਕਸੀਡੈਂਟ ਹੋਇਆ ਹੈਗਾ। ਕਿਸਾਨ ਸਾਡਾ ਹੈਗਾ ਜੀ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ। ਇਹ ਵਾਸੀ ਆਦੋ ਵਾਲੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਸੀਗਾ। ਦੂਸਰਾ ਕਿਸਾਨ ਜ਼ਖਮੀ ਆ। ਇਹਨਾਂ ਦੀ ਡੈੱਡ ਬੋਡੀ ਇਸ ਵੇਲੇ ਖੰਨਾ ਹੋਸਪਿਟਲ 'ਚ ਹੈਗੀ ਆ ਅਤੇ ਉੱਥੇ ਦੂਜਾ ਕਿਸਾਨ ਜ਼ਖਮੀ ਆ, ਮੋਟਰਸਾਈਕਲ 'ਤੇ ਜਾ ਰਹੇ। ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਜਾਣਕਾਰੀ। ਸੋ ਇਹ ਦੁੱਖਤ ਹੈ, ਉਸ ਪਰਿਵਾਰ ਨਾਲ ਸਾਡੀ ਸੰਵੇਦਨਾ ਵਾ। ਅਤੇ ਇਹ ਮੋਰਚੇ ਵਿੱਚ ਲਗਾਤਾਰ ਸ਼ਹੀਦੀਆਂ ਹੋ ਰਹੀਆਂ, ਤੋ ਸਾਡਾ ਇੱਥੋਂ ਪ੍ਰਸ਼ਾਸਨ ਨੂੰ ਆ ਵੀ ਪ੍ਰਸ਼ਾਸਨ ਉੱਥੇ ਪੋਸਟਮਾਰਟਮ ਕਰਵਾ ਕੇ ਜਿਹੜੀ ਆ ਉਹਨਾਂ ਦੇ ਵਾਰਸਾਂ ਦੇ ਜਿਹੜੇ ਐਂਬੂਲੈਂਸ ਕਰਕੇ ਜਿਹੜੀ ਡੈੱਡ ਬੋਡੀ ਆ ਪਿੰਡ ਪਹੁੰਚਾਵੇ। ਧੰਨਵਾਦ। ਮੈਂ ਸਰਵਣ ਸਿੰਘ ਪਨੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ। ਅੱਜ ਇੱਕ ਹੋਰ ਕਿਸਾਨ ਦੀ ਸ਼ਹੀਦੀ ਹੋਈ ਆ। ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਆ ਖੰਨੇ ਨੇੜੇ ਹੀ ਐਕਸੀਡੈਂਟ ਹੋਇਆ ਹੈਗਾ। ਕਿਸਾਨ ਸਾਡਾ ਹੈਗਾ ਜੀ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ। ਇਹ ਵਾਸੀ ਆਦੋ ਵਾਲੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਸੀਗਾ। ਦੂਸਰਾ ਕਿਸਾਨ ਜ਼ਖਮੀ ਆ। ਇਹਨਾਂ ਦੀ ਡੈੱਡ ਬੋਡੀ ਇਸ ਵੇਲੇ ਖੰਨਾ ਹੋਸਪਿਟਲ 'ਚ ਹੈਗੀ ਆ ਅਤੇ ਉੱਥੇ ਦੂਜਾ ਕਿਸਾਨ ਜ਼ਖਮੀ ਆ, ਮੋਟਰਸਾਈਕਲ 'ਤੇ ਜਾ ਰਹੇ। ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਜਾਣਕਾਰੀ। ਸੋ ਇਹ ਦੁੱਖਤ ਹੈ, ਉਸ ਪਰਿਵਾਰ ਨਾਲ ਸਾਡੀ ਸੰਵੇਦਨਾ ਵਾ। ਅਤੇ ਇਹ ਮੋਰਚੇ ਵਿੱਚ ਲਗਾਤਾਰ ਸ਼ਹੀਦੀਆਂ ਹੋ ਰਹੀਆਂ, ਤੋ ਸਾਡਾ ਇੱਥੋਂ ਪ੍ਰਸ਼ਾਸਨ ਨੂੰ ਆ ਵੀ ਪ੍ਰਸ਼ਾਸਨ ਉੱਥੇ ਪੋਸਟਮਾਰਟਮ ਕਰਵਾ ਕੇ ਜਿਹੜੀ ਆ ਉਹਨਾਂ ਦੇ ਵਾਰਸਾਂ ਦੇ ਜਿਹੜੇ ਐਂਬੂਲੈਂਸ ਕਰਕੇ ਜਿਹੜੀ ਡੈੱਡ ਬੋਡੀ ਆ ਪਿੰਡ ਪਹੁੰਚਾਵੇ। ਧੰਨਵਾਦ।